ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਸਬ ਤਹਿਸੀਲ ਸ਼ਾਹਕੋਟ ਅਤੇ ਕਸਬਾ ਮਹਿਤਪੁਰ ਵਿਖੇ DSP ਦਿਲਬਾਗ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਪਾਰਟੀ ਸਮੇਤ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ DSP ਦਿਲਬਾਗ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਅਮਨ ਸ਼ਾਂਤੀ ਨਾਲ ਹੋ ਸਕਣ, ਇਸ ਦੇ ਸੰਬੰਧ ਵਿੱਚ ਪੂਰੇ ਬਲਾਕ ਸ਼ਾਹਕੋਟ ਵਿੱਚ ਭਾਰੀ ਫੋਰਸ ਦਾ ਇੰਤਜ਼ਾਮ ਕੀਤਾ ਗਿਆ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਤਰੀਕ ਨੂੰ ਹੋਣ ਜਾ ਰਹੀਆਂ ਨੇ, ਜਿਸ ਦੇ ਮੱਦੇਨਜ਼ਰ ਅੱਜ ਅਸੀਂ ਸਾਰੀ ਫੋਰਸ ਦੀਆਂ ਡਿਊਟੀਆਂ ਲੱਗ ਚੁੱਕੀਆਂ ਸੀ। ਫੋਰਸ ਨੂੰ ਸਾਰੀ ਨੂੰ ਇਕੱਠੀ ਕਰਕੇ ਇਹਨਾਂ ਨੂੰ ਡਿਊਟੀਆਂ ਪ੍ਰਤੀ ਵਿਸਥਾਰ ਨਾਲ ਇਕੱਲੇ ਇਕੱਲੇ ਨੂੰ ਨੋਟ ਕਰਾ ਦਿੱਤਾ ਗਿਆ ਹੈ। ਅੱਜ ਜਿਹੜੀ ਪੋਲਿੰਗ ਸੰਬੰਧੀ ਡਿਊਟੀਆਂ ਸੀ, ਜਿਨ੍ਹਾਂ 'ਚ ਜਿਵੇਂ ਕਿ ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ, ਪਲੱਸ ਜਿਨ੍ਹਾਂ ਵੀ ਜਵਾਨਾਂ ਦੀਆਂ ਡਿਊਟੀਆਂ ਪੋਲਿੰਗ ਬੂਥਾਂ 'ਤੇ ਲੱਗੀਆਂ ਸੀ, ਉਹਨਾਂ ਨੂੰ ਵੱਖ ਵੱਖ ਉਹਨਾਂ ਡਿਊਟੀਆਂ ਪ੍ਰਤੀ ਬਰੀਫ ਕਰ ਦਿੱਤਾ। ਔਰ ਅੱਜ ਇਸ ਫੋਰਸ ਨੂੰ ਨਾਲ ਲੈ ਕੇ ਅਸੀਂ ਬਰੀਫ ਕਰਨ ਤੋਂ ਬਾਅਦ ਸਾਰੇ ਇਲਾਕੇ ਵਿੱਚ ਸਮੇਤ SHO ਮਹਿਤਪੁਰ, ਸ਼ਾਹਕੋਟ, ਲੋਹੀਆਂ ਅਤੇ ਜਿਹੜੀ ਫੋਰਸ ਡਿਊਟੀ ਵਾਸਤੇ ਆਈ, ਇਹਨਾਂ ਨੂੰ ਨਾਲ ਲੈ ਕੇ ਸਾਰੇ ਵਿੱਚ ਅਸੀਂ ਜਿਹੜਾ ਆਪਣੇ ਫਲੈਗ ਮਾਰਚ ਕਰਨ ਲੱਗੇ ਹਾਂ। ਔਰ ਇਹ ਜਿਹੜਾ ਅਸੀਂ ਜਿਹੜੀ ਪੋਲਿੰਗ ਹੋ ਰਹੀ ਹੈ, ਇਹ ਸਬ ਡਿਵੀਜ਼ਨ ਸ਼ਾਹਕੋਟ ਵਿੱਚ ਕੁੱਲ 150 ਪੋਲਿੰਗ ਸਟੇਸ਼ਨ 'ਤੇ ਜਿਹੜੀ ਪੋਲਿੰਗ ਹੋਣੀ ਹੈ, ਬਾਕੀ ਵਿੱਚ ਸਰਬਸੰਮਤੀ ਹੋ ਗਈ ਸੀ। 150 ਪੋਲਿੰਗ ਸਟੇਸ਼ਨਾਂ ਵਿੱਚੋਂ 15 ਜਿਹੜੇ ਸਟੇਸ਼ਨ ਸਾਡੇ ਹੈਗੇ ਨੇ ਉਹ ਹਾਈਪਰਸੈਂਸਿਟਿਵ ਨੇ, ਅਤੇ ਜਿਹੜੇ ਹੈਗੇ ਨੇ 47 ਸਟੇਸ਼ਨ ਸੈਂਸਿਟਿਵ ਨੇ, ਬਾਕੀ ਜਿਹੜੇ ਔਰਡਨਰੀ ਨੇ ਉਹਨਾਂ ਵਿੱਚ ਅਸੀਂ ਜਿਹੜੀ ਹੈ ਉਹਨਾਂ ਦੀ ਸਥਿਤੀ ਨੂੰ ਧਿਆਨ ਮੱਦੇਨਜ਼ਰ ਰੱਖਦੇ ਹਾਂ, ਉਸ ਹਿਸਾਬ ਨਾਲ ਨੋਰਮ ਮੁਤਾਬਕ ਡਿਊਟੀ ਲਗਾਈ ਗਈ ਹੈ। ਜਿਹੜੀ ਜਿੰਨੀ ਵੀ ਫੋਰਸ ਲੱਗੀ ਹੈ ਬਿਲਕੁਲ ਬਕਾਇਦਾ ਵੈੱਲ ਬਰੀਫਡ, ਵੈੱਲ ਜਿਹੜੀ ਹੈਗੀ ਹੈ ਮੈਨਰ, ਵਧੀਆ ਤਰੀਕੇ ਨਾਲ ਡਿਊਟੀ ਕਰੇਗੀ। ਔਰ ਇਹ ਜਿਹੜੀ ਇਲੈਕਸ਼ਨ ਹੈ ਬੜੇ ਵਧੀਆ ਤਰੀਕੇ ਨਾਲ, ਜਿਵੇਂ ਕਿ ਪਿਛਲੇ ਦਿਨਾਂ ਵਿੱਚ ਜਿਹੜੀ ਹੈ ਜਿੰਨੀ ਚੋਣ ਵੀ ਕਰਾਈ ਹੈ ਬੜੇ ਵਧੀਆ ਤਰੀਕੇ ਨਾਲ ਹੋਈ ਹੈ, ਔਰ ਇਹ ਜਿਹੜੀ ਡਿਊਟੀ ਹੈ ਇਲੈਕਸ਼ਨ ਡਿਊਟੀ ਹੈ ਵੀ ਬਹੁਤ ਵਧੀਆ ਤਰੀਕੇ ਨਾਲ ਹੋਵੇਗੀ, ਜਿਹਦੇ ਵਿੱਚ ਜਿਹੜੀ ਸਾਰੇ ਵੋਟਰਾਂ ਨੂੰ, ਇਲਾਕਾ ਨਿਵਾਸੀਆਂ ਨੂੰ ਮੈਂ ਅਪੀਲ ਕਰਦਾ ਕਿ ਉਹ ਵੱਧ ਤੋਂ ਵੱਧ ਵੋਟਿੰਗ ਵਿੱਚ ਹਿੱਸਾ ਲੈਣ।